अलग जिले च एडवांटेज है कि जो गरीब परिवार के बच्चे या बुजुर्ग अपने घर उन्होंने डॉक्टर आएगा लैब टेक्नीशियन आएगा फार्मासिस्ट आएगा सारे चैकअप करके जो उन्होंने दवाई की लड़ है वो दवाई चैकअप तो दवाई दोनों फ्री है बहुत उसका पॉजिटिव गया 8 लाख बंदे आज तक कर चुके हैं असि अच्छा वो भी फ्री ऑफ कॉस्ट है तो जो सैटिस्फैक्शन लैवल जो काम करके मिलता है असि खेल महाकुंभ किया जिद अलग अलग स्पोर्ट्स से असि चैंपियनशिप्स कराने तो उसका भी एडवांटेज है कि जो बच्चे ड्रग्स नहीं लेते बल्कि स्पोर्ट्स लेंगे है वो लगभग 70,000 प्लेयर पार्टिसिपेट करते हर साल साडा हुण पार्लियामेंट लैवल का शुरू हो जाना डिस्ट्रिक्ट लैवल का खत्म हो गया तो फाइनल होने इस महीने बड़ा वड्डा करते हैं असि चंगा होता है मेरा हमने एक बस चलती पी लेंस कार्ड के ਜਿਹੜੇ ਅੱਖਾਂ ਦੇ ਉਹ ਦੇਖਦੇ ਨੇ ਵੀ ਹੁਣ ਜਿਹੜੇ ਗਰੀਬ ਲੋਕ ਹੁੰਦੇ ਨੇ ਜਿਹਨਾਂ ਚਸ਼ਮਾ ਨਹੀਂ ਹੁੰਦਾ ਉਹ ਜਾ ਕੇ ਟੈਸਟ ਕਰਾਉਂਦੇ ਨੇ ਉਹਨਾਂ ਨੂੰ ਚਸ਼ਮਾ ਵੀ ਦਿੰਦੇ ਨੇ ਤਾਂ ਉਹ ਤਾਂ ਰੈਗੂਲਰ ਹੀ ਚੱਲਦੀ ਹੁਣ ਮਹੀਨੇ ਦੇ ਮਹੀਨੇ ਕਿੱਥੇ ਚਲਾਉਂਦੇ ਇੱਧਰ ਗੁੜਗਾਉਂ ਹਰਿਆਣਾ ਪਾਸੇ ਦਿੱਲੀ ਵੀ ਜਾਈਦੀ ਹੈ ਇੱਧਰ ਗਾਉਂ ਚ ਜਾਈਦੀ ਹੈ ਮੈਂ ਵੀ ਉਹਨਾਂ ਕੈਂਪ ਲਗਵਾਇਆ ਪਰ ਮੈਂ ਤਾਂ ਆਪਣੇ ਵੱਲੋਂ ਲਗਵਾਇਆ ਸੀ ਚਾਰ ਜਗ੍ਹਾ ਲੱਗਾ ਐਵਰੇਜ 3,000 ਤੋਂ ਉੱਪਰ ਬੰਦੇ ਇੱਕ ਇੱਕ ਕੈਂਪ ਚ ਇੱਕ ਇੱਕ ਦਿਨ ਚ ਆਏ ਅੱਛਾ ਤੇ ਇੱਕ ਜਗ੍ਹਾ ਤੇ 7,000 ਬੰਦੇ ਆਏ ਟੋਟਲ ਸਾਡਾ ਕੋਈ ਲਗਭਗ 19,000 ਬੰਦੇ ਚਾਰ ਦਿਨਾਂ ਚ ਹੋਏ ਜਿਨ੍ਹਾਂ ਦੇ ਅੱਜ ਤੱਕ ਦੇ ਚਸ਼ਮਾ ਨਹੀਂ ਸੀਗਾ ਚੈੱਕਅਪ ਵੀ ਹੋ ਗਿਆ 19,000 ਚੋਂ ਲਗਭਗ 10-11,000 ਬੰਦੇ ਚਸ਼ਮੇ ਦੀ ਲੋੜ ਸੀ ਚਸ਼ਮੇ ਲਗਾ ਉਹ ਵਿਚਾਰੀ ਮਹਿਲਾਵਾਂ ਜਿਨ੍ਹਾਂ ਨੇ 60-62 ਸਾਲ ਉਮਰ ਹੈ 70 ਸਾਲ ਉਮਰ ਹੈ ਉਹ ਅੱਜ ਤੱਕ ਚਸ਼ਮਾ ਨਹੀਂ ਲੱਗਾ ਸੀ ਜਦਕਿ 40 ਸਾਲ ਦੀ ਉਮਰ ਚਸ਼ਮੇ ਦੀ ਲੋੜ ਪੈ ਜਾਂਦੀ ਹੈ ਅੱਜ ਕੱਲ੍ਹ ਤਾਂ ਬਿਲਕੁਲ ਠੀਕ ਹੈ ਕਿਸੇ ਨੇ ਸੂਈ ਚ ਧਾਗਾ ਪਰੋਣਾ ਤਾਂ ਉਹਨੇ ਉਹਨੂੰ ਪਤਾ ਦਾਲ ਚਾਟਣੀ ਤੇ ਪੱਥਰ ਕਿੱਥੇ ਤਾਂ ਉਹ ਨਜ਼ਰਾਂ ਠੀਕ ਨੇ ਤਾਂ ਪਤਾ ਨਹੀਂ ਲੱਗਦਾ ਉਹ ਸਾਰਾ ਛੋਟੀ ਛੋਟੀ ਗੱਲਾਂ ਹਨ ਬਟ ਉਹ ਕਾਫੀ ਫਰਕ ਪੈਂਦਾ ਪੜਿਆ ਨਹੀਂ ਜਾਂਦਾ ਦਿਸ ਨਿਊਜ਼ ਇਜ਼ ਬ੍ਰੌਟ ਟੂ ਬਾਈ ਨਿਊ ਕ੍ਰਿਸ਼ਨਾ ਇੰਪੋਰੀਅਮ ਕਾਲਜ ਰੋਡ ਕਾਂਗੜਾ ਹਿਮਾਚਲ ਪ੍ਰਦੇਸ਼ ਕੇ ਵਿਸ਼ਵਸਨੀਯ ਜਵੈਲਰ ਭੂਸ਼ਨ ਜਵੈਲਰਸ ਸੋਲ